the trust on me. ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਲਖਵਿੰਦਰ ਸਿੰਘ ਜੀ. ਅੱਜ ਮੇਰੇ ਚੈਨਲ 'ਤੇ ਨਵੇਂ ਆਏ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪਦੀ ਤੱਕ ਪਾਇਆ ਹੁੰਦੀ ਰਹੇ. ਸਿੱਧੂ ਮੂਸੇਵਾਲਾ ਅਤੇ ਐਕਸ ਟੂਪਾ ਬਾਈ ਨੇ ਰੀਮੈਕਸ ਸੌਂਗ ਕੀਤਾ ਹੈ, ਤਾਂ ਉਹ ਦੇਖਣਾ ਕਰਦੇ ਹਾਂ ਕਿਹੋ ਜਿਹਾ ਸੌਂਗ ਹੋਣਾ ਕਰਦਾ ਹੈ. ਨਾਲ ਦੀ ਨਾਲ ਸੌਂਗ ਨੂੰ ਦੇਖਣਾ ਕਰਾਂਗੇ, ਨਾਲ ਰਿਐਕਸ਼ਨ ਕਰਦੇ ਹਾਂ, ਉਹ ਦੇਖਣਾ ਕਰਾਂਗੇ. ਲਓ ਜੀ, ਜਸਟਿਸ ਸਿੱਧੂ ਮੂਸੇਵਾਲਾ ਹਜੇ ਵੀ 28 ਹੈਸ਼ਟੈਗ ਯੂਜ ਕਰਦੇ ਨੇ, ਪਰਿਵਾਰ ਵੀ ਹਜੇ ਵੀ ਇਹ ਜਸਟਿਸ ਦੀ ਮੰਗ ਰੱਖ ਰਿਹਾ. ਸੋ ਇਹ ਸੀ ਗਾਣਾ ਬਹੁਤ ਪਿਆਰਾ, ਸਾਡੇ ਲਾਣੇ ਜਾਉਂਦੇ ਸੁੱਚਿਆਂ ਤੋਂ ਸਾਡੇ ਮਿਰਜੇ ਰਾਂਦੇ ਜੰਮਦੇ ਨਹੀਂ. ਸੱਚੀ ਜਿਸ ਤਰ੍ਹਾਂ ਕਹਿ ਲਈਏ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਲਿਰਿਕਸ ਦੇ ਵਿੱਚ ਜੋ ਵੀ ਅੱਜ ਤੱਕ ਉਹਨੇ ਗਾਇਆ, ਹੁਣ ਇੱਕ ਕਹਿ ਲਈਏ ਪੰਜਾਬ ਦੇ ਵਿੱਚੋਂ ਇੱਕ ਸਟਾਰ ਹੋਰ ਉੱਠ ਰਿਹਾ ਹੈ, ਉਹ ਹੈ ਗੋਪੀ ਲੌਂਗੀ ਹੈ. ਉਹਦੀ ਵੀ ਬਾਈ ਦੀ ਯਾਰ ਸੱਚੀ ਕਲਮ ਬਹੁਤ ਪਿਆਰੀ ਅਤੇ ਬਹੁਤ ਵਧੀਆ ਸੋਹਣਾ ਰੈਪ ਜਿਹੜਾ ਪੰਜਾਬੀ ਤੋਂ ਰੈਪਰ ਨਿਕਲਿਆ ਇੱਕ ਪੰਜਾਬੀ ਦੇ ਵਿੱਚ,
ਤੇ ਉਹ ਬਾਈ ਰੈਪ ਕਰਦਾ, ਤੁਸੀਂ ਉਹਦੇ ਸੌਂਗ ਸੁਣ ਕੇ ਦੇਖਿਓ, ਸੱਚੀ ਉਹਦੇ ਵੀ ਗਾਣੇ ਐਂਡਲੈਸ ਹੈ। ਉਹ ਵੀ ਟੂ ਪਾਕ ਨੂੰ, ਜਿਸ ਤਰ੍ਹਾਂ ਇਹਦੇ ਵਿੱਚ ਟੂ ਪਾਕ ਲਿਆ ਗਿਆ, ਉਹ ਵੀ ਬਾਈ ਟੂ ਪਾਕ ਨੂੰ ਫੋਲੋ ਕਰਦਾ ਹੈ ਬਾਈ ਬੰਦਾ। ਅਤੇ ਸੱਚੀ ਉਹਦੇ ਲਿਰਿਕਸ ਦੇ ਵਿੱਚ ਵੀ ਇਹ ਚੀਜ਼ ਦਾ ਦਮ ਹੈਗਾ ਕਿ ਉਹਨੇ ਵੀ ਜਿਸ ਤਰ੍ਹਾਂ ਸਿੱਧੂ ਨਹੀਂ ਕਿਸੇ ਜਿਹੜੇ ਰਾਣਾ ਦੇ ਸੀ ਲਕਮਨ ਦੇ ਨਹੀਂ ਮੈਂ ਅਸਲੇ 'ਤੇ ਗਾਉਣ ਲਾ ਤੇ ਨਹੀਂ, ਜਿਹੜਾ ਸਿੱਧੂ ਵੀ ਕਦੀ ਕੁੜੀਆਂ ਇਸ ਤਰ੍ਹਾਂ ਗੱਲ ਨਹੀਂ ਕਰਦਾ ਸੀ ਕਿਸੇ ਨੂੰ ਗਲਤ, ਹੈ ਨਾ। ਉਸੇ ਤਰੀਕੇ ਦੇ ਨਾਲ ਉਹ ਵੀ ਬੰਦਾ ਇਸ ਤਰੀਕੇ ਦੇ ਨਾਲ ਲੱਚਰਪੁਣੇ ਦਾ ਜਾਂ ਥੋੜ੍ਹਾ ਬਹੁਤਾ ਜੋ ਸਾਡੇ ਸਮਾਜ ਦੇ ਵਿੱਚ ਮੰਨਿਆ ਜਾਂਦਾ ਹੈ ਉਹ ਚੀਜ਼ 'ਤੇ ਬਾਈ ਉਹ ਵੀ ਨਹੀਂ ਗਾਣਾ ਲਿਖਦਾ। ਉਹ ਵੀ ਜਿਸ ਤਰ੍ਹਾਂ ਜੋ ਚੱਲ ਰਿਹਾ ਹੋਇਆ ਦਾ ਮਾਹੌਲ, ਉਸ ਮਾਹੌਲ ਦੇ ਹਿਸਾਬ ਦੇ ਨਾਲ ਉਹ ਬਾਈ ਦੀ ਲਿਖਤ ਹੈ ਕਿ ਕਹਿ ਲਈਏ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਕਿ ਧਰਮੀਆਂ ਵਾਸਤੇ 295 ਜਾਂ ਹਿਟਰਾਂ ਵਾਸਤੇ ਉਹ ਆਪਣੇ ਸੌਂਗ ਲਿਖਦਾ ਸੀ, ਜਿਸ ਤਰ੍ਹਾਂ ਲੈਵਲ ਸਕੈਪ ਗੋਡ ਗਾਣੇ ਲਿਖੇ ਨੇ, ਇਹ ਸਿਰਫ ਉਸ ਵਕਤ ਦੇ ਮਾਹੌਲ ਨੂੰ ਜੋ ਹੈ, ਕਿਉਂਕਿ ਅਸਲ ਦੇ ਵਿੱਚ ਇਹ ਵੀ ਚੀਜ਼ ਸਾਨੂੰ ਵਿਚਾਰਨੀ ਪਵੇਗੀ ਕਿ ਜੋ ਇਸ ਵਕਤ ਸਾਡਾ ਮਾਹੌਲ ਚੱਲ ਰਿਹਾ ਨਾ, ਉਸ ਮਾਹੌਲ ਦੇ ਹਿਸਾਬ ਦੇ ਨਾਲ ਸਾਨੂੰ ਉਹ ਚੀਜ਼ਾਂ ਲਿਖਣੀਆਂ ਪੈਣਗੀਆਂ ਅਤੇ ਗਾਉਣੀਆਂ ਪੈਂਦੀਆਂ ਨੇ ਅਤੇ ਸਮਝ, ਤਾਂ ਜੋ ਸਾਨੂੰ ਸਾਡੀ ਯੂਥ ਨੂੰ ਇਸ ਚੀਜ਼ ਤੋਂ ਸੇਧ ਮਿਲੇ ਜਾਂ ਕੁਝ ਉਹ ਚੰਗਾ ਮੈਸੇਜ ਲੈ ਕੇ ਜਾਣ। ਮੇਰਾ ਰਿਐਕਸ਼ਨ ਦੇਣ ਦਾ ਵੀ ਇਹੀ ਮਕਸਦ ਹੁੰਦਾ ਕਿ ਜੇ ਅਸੀਂ ਕਿਸੇ ਦਾ ਵੀ ਸੌਂਗ ਸੁਣਦੇ ਹਾਂ, ਇੰਟਰਟੇਨਮੈਂਟ ਵੀ ਕਰੀਏ, ਪਰ ਉਹਦੇ ਵਿੱਚੋਂ ਅਸੀਂ ਕੁਝ ਚੰਗਾ ਆਪਣੇ ਜੀਵਨ ਦੇ ਵਿੱਚ ਐਕਸੈਪਟ ਵੀ ਕਰਕੇ ਜਾਈਏ। ਸੋ ਹਰ ਬੰਦਾ ਮਿਹਨਤ ਕਰਦਾ ਹੀ ਰਹੋ ਯਾਰ, ਮਿਹਨਤਾਂ ਦੇ ਨਾਲ ਤੁਸੀਂ ਮੁਕਾਮ ਪਾਓਗੇ। ਇਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਜੇ ਸਾਰੇ ਜਿਸ ਤਰ੍ਹਾਂ ਕਹਿ ਲਈਏ ਕਿ ਗੋਪੀ ਲੌਂਗੀਆ ਮਜ਼ਦੂਰ ਸੀ ਬੰਦਾ, ਕਿੱਥੋਂ ਉੱਠ ਕੇ ਅੱਜ ਕਿੱਥੇ ਬਣਿਆ। ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਕਿੱਥੋਂ ਚੱਲ ਕੇ ਕਿੱਥੇ ਬਣਿਆ, ਜਿੱਥੇ ਬੱਸ ਨਹੀਂ ਚੱਲਦੀ ਸੀ, ਬੱਸ ਨਹੀਂ ਆਉਂਦੀ ਸੀ, ਟਿੱਬਿਆਂ ਦਾ ਪੁੱਤ ਜੇ ਵਰਲਡਵਾਈਡ ਜਾ ਸਕਦਾ ਤਾਂ ਪੰਜਾਬ ਦਾ ਹੋਰ ਕੋਈ ਯੂਥ ਕਿਉਂ ਨਹੀਂ ਜਾ ਸਕਦਾ, ਭਾਵੇਂ ਕਿਸੇ ਤਰੀਕੇ ਦਾ ਵੀ ਯੂਥ ਹੋਵੇ। ਇਸ ਕਰਕੇ ਮਿਹਨਤਾਂ ਕਰੋ ਯਾਰ। ਬਹੁਤ ਪਿਆਰਾ ਬਾਈ ਦਾ ਸੌਂਗ। ਸੋ ਆਪ ਜੀ ਦੱਸਣਾ ਆਪ ਜੀ ਸੌਂਗ ਕਿਵੇਂ ਲੱਗਾ, ਆਪ ਜੀ ਮੇਰੇ ਤੋਂ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ, ਸਤਿ ਸ਼੍ਰੀ ਅਕਾਲ, ਬਾਏ ਬਾਏ।